ਪੰਜਾਬ ਬੋਲਦਾ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਹਾਂ ਕੁਲਵਿੰਦਰ ਸਿੰਘ ਤੇ ਗੱਲ ਅਸੀਂ ਅੱਜ ਪੰਜਾਬ ਦੀਆਂ ਸਿਹਤ ਸਹੂਲਤਾਂ ਦੀ ਕਰਾਂਗੇ ਕਿ ਸਰਕਾਰੀ ਜਿਹੜਾ ਸਿਹਤ ਕੇਂਦਰ ਹੈ ਪੰਜਾਬ ਦਾ ਉਹ ਕਿਸ ਤਰੀਕੇ ਦੇ ਨਾਲ ਸਿਹਤ ਸਹੂਲਤਾਂ ਉਹ ਲਗਾਤਾਰ ਨਿਘਾਰਦੇਵਾਲ ਜਾ ਰਹੀਆਂ ਨੇ ਲੋਕਾਂ ਨੂੰ ਇੱਥੋਂ ਸਹੂਲਤਾ ਘੱਟ ਮਿਲ ਰਹੀਆਂ ਨੇ ਮੁਸ਼ਕਲਾਂ ਜ਼ਿਆਦਾ ਪੇਸ਼ ਆਉਂਦੀਆਂ ਨੇ ਪੰਜਾਬ ਦੇ ਵਿੱਚ ਪ੍ਰਾਈਵੇਟ ਸੈਕਟਰ ਜਿਹੜਾ ਹੈ ਉਹ ਲਗਾਤਾਰ ਗਰੋਥ ਕਰ ਰਿਹਾ ਹੈ ਪਰ ਜਿਹੜਾ ਸਰਕਾਰੀ ਤੰਤਰ ਹੈ ਉਹ ਲਗਾਤਾਰ ਜਿਹੜਾ ਹੈ ਲੋਕਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰ ਪਾ ਰਿਹਾ ਸਾਡੇ ਨਾਲ ਇੱਥੇ ਇੱਕ ਇੱਥੇ ਮਰੀਜ਼ ਪਹੁੰਚੇ ਹੋਏ ਸੀ ਉਹਨਾਂ ਨਾਲ ਗੱਲਬਾਤ ਕਰਨੇ ਭਾਜੀ ਕੀ ਨਾਂ ਤੁਹਾਡਾ ਸੂਖਮਨਪ੍ਰੇਤ ਸਿੰਘ ਜੀ ਭਾਈ ਤੁਸੀਂ ਇੱਥੇ ਕਿਹਦੇ ਇਲਾਜ ਲਈ ਆਏ ਸੀ ਬੱਚੇ ਦੇ ਲਈ ਦੋਨਾਂ ਦੇ ਇਲਾਜ ਲਈ ਆਇਆ ਸੀਗਾ ਜੀ ਵਾਈਫ ਦੇ ਤੇ ਬੇਟੇ ਦੇ ਇਲਾਜ ਲਈ ਵੀ ਆਇਆ ਸੀਗਾ ਠੀਕ ਹੈ ਤੁਸੀਂ ਤੁਹਾਨੂੰ ਇਹ ਦੱਸੋ ਕਿ ਕਿਸ ਤਰੀਕੇ ਦਾ ਤੁਹਾਡਾ ਤਜਰਬਾ ਰਿਹਾ ਔਰ ਤੇ ਕੀ ਤੁਹਾਨੂੰ ਪੂਰੀ ਸਹੂਲਤ ਮਿਲੀ ਆ ਜਾਂ ਕਿਸ ਤਰੀਕੇ ਦੀ ਮੁਸ਼ਕਲ ਪੇਸ਼ ਆਈ? ਭਾਜੀ ਮੁਸ਼ਕਲ ਤਾਂ ਮੇਰੇ ਕਹਿਣ ਦਾ ਮਤਲਬ ਹੈ ਜਿੱਦਾਂ ਮੈਨੂੰ ਲੱਗ ਕੇ ਖੈਦ ਸਿਵ ਬਸ ਹਸਪਤਾਲ ਪੈਂਦਾ। ਉੱਥੋਂ ਤੋਂ ਮੈਂ ਉੱਥੇ ਤੋਂ ਵੀ ਇਹੀ ਹਾਲ ਆ ਉਹਨਾਂ ਦਾ ਵੀ ਮੈਂ ਉੱਥੋਂ ਦਵਾਈ ਲੱਤੀ ਉਹਨਾਂ ਨੇ ਤਕਰੀਬਨ ਸਾਰੀਆਂ ਬਾਹਰ ਦੀਆਂ ਦਵਾਈਆਂ ਲਿਖੀਆਂ। ਉੱਥੋਂ ਤੋਂ ਮੈਂ ਚਲੋ ਸੋਚਿਆ ਕਿ ਚਲੋ ਉੱਥੇ ਨਾਲ ਤਾਂ ਡਾਕਟਰ ਕੇਅਰ ਕਰਦੇ ਨੇ। ਪਹਿਲਾਂ ਤਾਂ ਕਾਫੀ ਦੇਰ ਲਾਈਨ 'ਚ ਲੱਗਣਾ ਬਹੁਤ ਟਾਈਮ ਪੈਂਦਾ। ਤਾਂ ਹੀ ਲੋਕ ਪ੍ਰਾਈਵੇਟੇ ਦਵਾਈ ਲੈ ਲੈਂਦੇ। ਉੱਥੋਂ ਚਲੋ ਮੈਂ 6 ਵਜੇ ਆਇਆ ਮੈਂ ਕਹਾਂ ਚਲੋ ਓਰੇ ਕੋਈ ਸੋਲੂਸ਼ਨ ਹੋ ਜਾਊਗਾ ਮੇਰੀ ਜਿੱਦਾਂ ਮਨੂੰ ਮਹੀਨਾ ਹੋ ਗਿਆ ਘੁੰਮਦੇ ਨੂੰ ਸਰਕਾਰੀ ਹਸਪਤਾਲਾਂ 'ਚ ਮਤਲਬ ਨਾ ਤਾਂ ਕੋਈ ਇਲਾਜ ਹੋਇਆ ਮਤਲਬ ਇਦਾਂ ਕਹਿ ਦਿੰਦੇ ਡਾਕਟਰ ਕਿ ਹਾਂ ਸਾਰਾ ਕੋਈ ਨਾਰਮਲ ਆ ਠੀਕ ਆ ਸਭ ਕੁਝ ਵਧੀਆ ਹੈ ਦਵਾਈ ਦੇ ਦਿੰਦੇ ਅੱਧ ਤੋਂ ਜ਼ਿਆਦਾ ਦਵਾਈ ਬਾਹਰ ਤੋਂ ਹੀ ਹੁੰਦੀ ਆ ਮੇਰੇ ਕਹਿਣ ਦਾ ਮਤਲਬ ਤਜਰਬਾ ਇਹ ਹੈ ਕਿ ਬੰਦਾ ਕੋਈ ਫਾਇਦਾ ਨਹੀਂ ਹੈਗਾ ਇਹਦੇ ਨਾਲ ਤਾਂ ਬੰਦਾ ਦਿਹਾੜੀ ਜੋਤਾ ਕਰੇ ਵੀ ਬੰਦਾ ਮਰਦਾ ਮਰ ਜੂਵੇ ਬਾਹਰ ਤੇ ਦਵਾਈ ਲੈ ਲਓ ਮਿਲਤਾ ਜਾਂਦੇ ਓਰੇ ਨਾਲੋਂ ਤਾਂ ਸਰਕਾਰੀ 'ਚ ਤਾਂ ਆ ਵੀ ਨਾ ਨਾ ਔਰੇ ਦਵਾਈ ਮਿਲ ਸਕਦੀ ਨਾ ਮਤਲਬ ਕੋਈ ਹੈ ਹੀ ਨਹੀਂ ਪ੍ਰੋਸੀਜਰ ਨਹੀਂ ਹੈਗਾ ਇਹ ਸਰਕਾਰੀ ਬੇਕਾਰ ਹੈ ਤੁਮ ਸਿੱਧੀ ਗੱਲ ਦੱਸੋ ਜਿਹੜੇ ਟੈਸਟ ਵਗੈਰਾ ਹੁੰਦੇ ਆ ਇੱਥੇ ਹੋਏ ਤੁਹਾਡੇ ਟੈਸਟ ਜਾਂ ਤੁਹਾਨੂੰ ਟੈਸਟ ਕਰਾਉਣਾ ਸਾਰੇ ਜਿੱਦਾਂ ਮੇਰੀ ਵਾਈਫ ਪ੍ਰੈਗਨੈਂਟ ਸੀਗੀ ਜੀ ਉਦੋਂ ਦੀ ਗੱਲ ਅੱਜ ਤੋਂ ਮੈਂ 3 ਸਾਲ ਪਹਿਲਾਂ ਦੀ ਗੱਲ ਕਰਦਾ ਸਾਰੀ ਤਕਰੀਬਨ ਟੈਸਟ ਸਾਰੀ ਬਾਹਰ ਦੀ ਟੈਸਟ ਹੋਏ ਨੇ ਮੇਰੇ ਉਰੇ ਕੋਈ ਟੈਸਟ ਨਹੀਂ ਹੋਇਆ ਹੈਗਾ ਅੱਜ ਕੀ ਹਾਲ ਹੈ ਅੱਜ ਵੀ ਉਹੀ ਹਾਲ ਹੈ ਅੱਜ ਵੀ ਉਹੀ ਹਾਲ ਹੈ ਜੀ ਕੋਈ ਮਤਲਬ ਸਰਦਾਰ ਕੋਈ ਨਹੀਂ ਹੈਗਾ ਦਵਾਈ ਦੇਖੋ ਤਿੰਨ ਜਗ੍ਹਾ ਵਾ ਘੁੰਮ ਕੇ ਆਇਆ ਸੁਕਰ ਇੱਕ ਬਾਹਰ ਤੋਂ ਮਿਲ ਗਈ ਹੈ ਦਵਾਈ ਨਹੀਂ ਤਾਂ ਇਹ ਵੀ ਬਾਹਰ ਤੋਂ ਹੀ ਲਿਖੀ ਹੋਈ ਸੀ ਇਹ ਮੇਰੇ ਤੇ ਸਟਾਫ ਪੂਰਾ ਹੈ ਜਾਂ ਉਹਨਾਂ ਦੀ ਕਮੀ ਹੈ ਸਟਾਫ ਪੂਰਾ ਹੈ ਮਤਲਬ ਮਿਲ ਜਾਂਦਾ ਸਭ ਕੁਝ ਐਨ ਟ੍ਰੀਟਮੈਂਟ ਸਹੀ ਚੱਲਦਾ ਜਿਹੜੀ ਮਤਲਬ ਬੰਦੇ ਨੂੰ ਟ੍ਰੀਟਮੈਂਟ ਹੁਣ ਤੁਸੀਂ ਬੰਦੇ ਨੂੰ ਸਾਰੀ ਪ੍ਰੋਬਲਮ ਦੱਸਦੇ ਵੀ ਇਹ ਸਭ ਕੁਝ ਹੈ ਠੀਕ ਹੈ ਕਿ ਨਹੀਂ ਹੁਣ ਉਹਨਾਂ ਨੂੰ ਦਵਾਈ ਦੇ ਲਿਖਤੀ ਉਹ ਤਕਰੀਬਨ ਅੰਦਰ ਤੋਂ ਤਾਂ ਮਿਲਣੀ ਚਾਹੀਦੀ ਬੰਦੇ ਦੇ ਕੋਲ ਦਿਹਾੜੀ ਜੋਤੇ ਵਾਲੇ ਦੇ ਕੋਲ ਪੈਸੇ ਨਾ ਹੋਵੇ ਸਰਕਾਰੀ ਵਿੱਚੋਂ ਤਦੇ ਆਂਦਾ ਨਾ ਕਿ ਚੱਲ ਫ੍ਰੀ ਇਲਾਜ ਹੋ ਜਾਊਗਾ ਪਰ ਉਹਰੇ ਫ੍ਰੀ ਵਾਲਾ ਤਾਂ ਕੋਈ ਸੈਂਸਲੇ ਨਹੀਂ ਹੈਗਾ ਸਭ ਇੱਕੇ ਬਰਾਬਰ ਰਏ ਆ ਬਾਹਰ ਚ ਸੁਣਾ ਹੈ ਇਥੇ ਲੋਧਾ ਤੁਹਾਨੂੰ ਲੱਗਦਾ ਕਿ ਬਾਹਰਲੇ ਇਹਨਾਂ ਨੂੰ ਜਾਂ ਕੋਈ ਬਰਤ ਦੇ ਦਾ ਇਦਾਂ ਕਿ ਕਈ ਮਸ਼ੀਨਾਂ ਦਾ ਤਾਂ ਹੁਣ ਮੈਂ ਕਹਿ ਨਹੀਂ ਸਕਦਾ ਭਾਜੀ ਕਿਉਂਕਿ ਇਦਾਂ ਦੇ ਕੋਈ ਨੌਕਤ ਨਹੀਂ ਪਈ ਮਸ਼ੀਨਾਂ ਵਾਲੇ ਰੱਬ ਨਾ ਕਰੇ ਕਿਸੇ ਨਾਲ ਵੀ ਇਦਾਂ ਮਸ਼ੀਨਾਂ ਵਾਲਾ ਤਾਂ ਸੀਨੇ ਨਾ ਹੋਵੇ ਬਾਕੀ ਤੁਹਾਨੂੰ ਮੈਂ ਆਪਣੀ ਖੁਦ ਦੀ ਆਪ ਕੀਤੀ ਇਹ ਦੱਸ ਰਿਹਾ ਕਿ ਜਿੱਦਾਂ ਮੇਰੀ ਵਾਈਫ ਦਾ ਅਲਟਰਾਸਾਉਂਡ ਵਾਲੀ ਮਸ਼ੀਨਾਂ ਸੀਗੀਆਂ ਉਹ ਤਾਂ ਬਿਲਕੁਲ ਹੀ ਨਹੀਂ ਹੈਗੀਆਂ ਉਰੇ ਸਾਰੇ ਬਾਹਰ ਤੁਈਆਂ ਬੁਰਾ ਹੀ ਹਾਲ ਆ ਯਾਰ ਮੰਕੀ ਦੇ ਹੜੇ ਸੁਣਿਆ ਜੀ ਇੱਥੇ ਸਵਾਲ ਸਿੱਧੇ ਤੌਰ ਤੇ ਲੋਕ ਚੁੱਕ ਰਹੇ ਠੀਕ ਸ਼ੁਕਰੀਆ ਭਾਜੀ ਬਹੁਤ ਬਹੁਤ ਧੰਨਵਾਦ ਸੋ ਸਵਾਲ ਇਹ ਚੁੱਕ ਰਹੇ ਨੇ ਲੋਕ ਕਿ ਜਿਸ ਤਰੀਕੇ ਦੀ ਉਹ ਸੋਚ ਲੈ ਕੇ ਇੱਥੇ ਹੁੰਦੇ ਨੇ ਕਿ ਆਰਥਿਕ ਤੌਰ ਤੇ ਉੱਤੇ ਉਹ ਚੰਗੇ ਨਹੀਂ ਸਰਕਾਰੀ ਹਸਪਤਾਲ 'ਚ ਥੋੜੀ ਸਹੂਲਤ ਮਿਲੇਗੀ ਉਸ ਨੂੰ ਲੈ ਕੇ ਤਜਰਬਾ ਜਿਹੜਾ ਸੀ ਇਹਨਾਂ ਦਾ ਚੰਗਾ ਨਹੀਂ ਰਿਹਾ ਸਰਕਾਰੀ ਹਸਪਤਾਲਾਂ ਦੇ ਵਿੱਚ ਅਕਸਰ ਲੋਕਾਂ ਨੂੰ ਇੱਕ ਵੱਡੀ ਦਿੱਕਤ ਸਾਹਮਣੇ ਆਉਂਦੀ ਹੈ ਉਹ ਦਵਾਈਆਂ ਨੂੰ ਲੈ ਕੇ ਆਉਂਦੀ ਹੈ ਕਿ ਦਵਾਈਆਂ ਜਿਹੜੀਆਂ ਨੇ ਉਹ ਉਪਲਬਧ ਸਹੀ ਤਰੀਕੇ ਨਾਲ ਨਹੀਂ ਹੁੰਦੀਆਂ ਅਸੀਂ ਮਹਾਲੀ ਦੇ 6 फेज ਦੇ ਹਸਪਤਾਲ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਆ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਇੱਥੇ ਦੋ ਥਾਵਾਂ ਦੇ ਉੱਤੇ ਦਵਾਈਆਂ ਜਿਹੜੀਆਂ ਨੇ ਉਪਲਬਧ ਕਰਾਈਆਂ ਜਾ ਰਹੀਆਂ ਨੇ ਇਹ ਪਹਿਲਾ ਤੁਸੀਂ ਵੇਖ ਸਕਦੇ ਹੋ ਮੈਡੀਸਨ ਵਾਸਤੇ ਜਿਹੜਾ ਸੈਂਟਰ ਬਣਿਆ ਹੋਇਆ ਮੁਫਤ ਦਵਾਈਆਂ ਉੱਥੇ ਲਿਖਿਆ ਹੋਇਆ ਹੈ ਇਸ ਨੂੰ ਪੰਜਾਬ ਸਰਕਾਰ ਦੇ ਵੱਲੋਂ ਇੱਥੇ ਦਵਾਈਆਂ ਜਿਹੜੀਆਂ ਨੇ ਉਪਲਬਧ ਕਰਵਾਈਆਂ ਜਾਂਦੀਆਂ ਨੇ ਦਾਵਾ ਇਹ ਕੀਤਾ ਜਾਂਦਾ ਹੈ ਕਿ 200 ਤੋਂ 25 ਪਰ ਮਰੀਜ਼ ਜਦੋਂ ਇੱਥੇ ਆਉਂਦੇ ਨੇ ਕਈ ਵਾਰ ਉਹਨਾਂ ਨੂੰ ਦਵਾਈ ਜਿਹੜੀ ਹੈ ਉਹ ਇੱਥੇ ਉਪਲਬਧ ਨਹੀਂ ਹੁੰਦੀ ਉਸ ਤੋਂ ਬਾਅਦ ਇਸ ਪਾਸੇ ਉਹਨਾਂ ਨੂੰ ਜਿਹੜਾ ਇਹ ਭੇਜ ਦਿੱਤਾ ਜਾਂਦਾ ਹੈ ਇਸ ਤੋਂ ਅੱਗੇ ਆ ਕੇ ਇਹ ਜੋ ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਹੈ ਇੱਥੋਂ ਆ ਕੇ ਮਰੀਜ਼ ਚੜੇ ਨੇ ਜੋ ਦਵਾਈ ਪਿਛਲੇ ਪਾਸੇ ਉਹ ਨਹੀਂ ਮਿਲਦੀ ਇੱਥੇ ਆ ਕੇ ਉਹ ਦਵਾਈ ਜਿਹੜੀ ਹੈ ਉਹ ਲੈ ਸਕਦੇ ਨੇ ਇੱਥੇ ਜਿਹੜੀ ਦਵਾਈ ਹੈ ਉਹ ਬਹੁਤ ਘੱਟ ਰੇਟ ਤੇ ਦਿੱਤੀ ਜਾਂਦੀ ਹੈ ਮਰੀਜ਼ਾਂ ਨੂੰ ਤੇ ਇੱਥੇ ਵੀ 200 ਤੋਂ 300 ਦੇ ਕਰੀਬ ਜਿਹੜੀਆਂ ਨੇ ਜਨਰਿਕ ਦਵਾਈਆਂ ਜਿਹੜੀਆਂ ਨੇ ਉਪਲਬਧ ਹੁੰਦੀਆਂ ਨੇ ਤੇ ਜੋ 50 ਸਰਕਾਰ ਵਾਲੇ ਕੇਂਦਰ ਤੋਂ ਉਪਲਬਧ ਨਹੀਂ ਹੁੰਦੀਆਂ ਦਵਾਈਆਂ ਉਹ ਇੱਧਰ ਆ ਕੇ ਮਰੀਜ਼ ਜਿਹੜੇ ਨੇ ਉਹ ਲੈ ਸਕਦੇ ਨੇ ਪਰ ਇਸ ਲਈ ਅਦਾਇਗੀ ਜਿਹੜੀ ਉਹਨਾਂ ਨੂੰ ਇੱਥੇ ਜ਼ਰੂਰ ਕਰਨੀ ਪੈਂਦੀ ਹੈ ਤੇ ਪੰਜਾਬ ਤੇ ਸਿਹਤ ਸਹੂਲਤਾਂ ਨੂੰ ਲੈ ਕੇ ਅਸੀਂ ਚਰਚਾ ਕਰ ਰਹੇ ਸੀ ਲੋਕਾਂ ਦੇ ਨਾਲ ਵੀ ਗੱਲ ਕਰ ਰਹੇ ਹਾਂ ਤੇ ਉੱਥੇ ਹੀ ਦਵਾਈਆਂ ਜਿਹੜੀਆਂ ਨੇ ਮੁਫਤ ਵਿੱਚ ਇੱਥੇ ਦਿੱਤੀਆਂ ਜਾਂਦੀਆਂ ਨੇ ਕਰੀਬ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਪ੍ਰਧਾਨ ਮੰਤਰੀ ਜਨ ਅਯੋਸ਼ਦੀ ਕੇਂਦਰ ਦੇ ਵਿੱਚ ਅਸੀਂ ਮੌਜੂਦ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਪਤਾ ਹੋਵੇ ਕਿ ਤੁਸੀਂ ਜਦੋਂ ਦਵਾਈ ਲੈਣ ਜਾਂਦੇ ਹੋ ਸਰਕਾਰੀ ਹਸਪਤਾਲ ਦੇ ਵਿੱਚ ਤਾਂ ਉੱਥੇ ਇਹ ਭਾਰਤੀ ਜਨ ਅਯੋਸ਼ਦੀ ਪ੍ਰਧਾਨ ਮੰਤਰੀ ਜਨ ਅਯੋਸ਼ਦੀ ਕੇਂਦਰ ਹੁੰਦੇ ਨੇ ਜਿੱਥੇ ਤੁਸੀਂ ਬੜੇ ਹੀ ਘੱਟ ਰੇਟ ਦੇ ਉੱਤੇ ਜਿਹੜੀ ਇਹ ਦਵਾਈ ਉਹ ਉੱਥੋਂ ਲੈ ਸਕਦੇ ਹੋ ਸਾਡੇ ਨਾਲ ਇੱਥੇ ਭਾਜੀ ਮੌਜੂਦ ਨੇ ਭਾਜੀ ਕਿੰਨਾ ਤੁਹਾਡਾ ਮੇਰਾ ਨ ਤੇ ਕਿੰਨੇ ਇੱਕ ਸਸਤੇ ਰੇਟ ਦੇ ਉੱਤੇ ਜਿਹੜੇ ਲੋਕ ਇੱਥੇ ਆ ਕੇ ਇਹ ਚੀਜ਼ ਲੈ ਸਕਦੇ ਨੇ ਸਾਡੇ ਕੋਲ ਤਕਰੀਬਨ 300 ਤੋਂ 350 ਤਰ੍ਹਾਂ ਦੀਆਂ ਜੈਨਰਿਕ ਮੈਡੀਸਿਨ ਉਪਲਬਧ ਨੇ ਜੀ ਤੇ ਬਾਹਰ ਨਾਲੋਂ 10 ਗੁਣਾ ਰੇਟ ਘੱਟ ਹੁੰਦਾ ਜਿਵੇਂ ਕੈਲਸ਼ੀਅਮ ਦਾ ਵਸਟ੍ਰਿਪ ਬਾਹਰੋਂ ਲੈਣੇ ਤਾਂ 70 ਰੁਪਏ ਦੇ ਕਰੀਬ ਹੈ ਆਪਣੇ ਕੋਲ ਉਹ ਹੀ ਸਟ੍ਰਿਪ 10 ਤੋਂ ਲੈ ਕੇ 11 ਰੁਪਏ ਦਾ ਹੈ ਸਭ ਕੁਝ ਸਬਸਟੀਟਿਊਟ ਸਾਰਾ ਸాల్ਟ ਸੇਮ ਹੁੰਦਾ ਜੀ ਤੇ ਬਸ ਜੈਨਰਿਕ ਨਾਮ ਹੁੰਦਾ ਜੀ ਉਹਦਾ ਕੋਈ ਡਿਫਰੈਂਸ ਨਹੀਂ ਹੈ ਜੀ ਤੇ ਅੱਗੇ ਜਿਹੜੇ ਪੇਸ਼ੈਂਟ ਆਉਂਦੇ ਆ ਉਹਨਾਂ ਨੂੰ ਵੀ ਇਹਦੇ ਬਾਰੇ ਅਵੇਅਰਨੈਸ ਅਵੇਅਰ ਹੋਣਾ ਚ ਕਿ ਇਹ ਬ੍ਰਾਂਡ ਨੇਮ ਚ ਕੁਝ ਨਹੀਂ ਹੈ ਜਨਰੀਕ ਸਾਰਾ ਕੁਝ ਰਿਜ਼ਲਟ ਸਾਕੂ ਸੇਮ ਹੁੰਦਾ ਹੈ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਥੋੜੀ ਜਾਣਕਾਰੀ ਘੱਟ ਆਏ ਜਾਂ ਲੋਕ ਇਹ ਚੀਜ਼ ਮੰਨਦੇ ਆ ਕਿ ਵੀ ਇਹ ਇਸ ਦਵਾਈਆਂ ਘੱਟ ਅਸਰਦਾਰ ਹੁੰਦੀਆਂ ਨੇ ਜਿਹੜੇ ਅੰਦਰੋਂ ਮਿਲਦੀਆਂ ਨੇ ਤੁਹਾਨੂੰ ਲੱਗਦਾ ਲੋਕਾਂ 'ਚ ਵੀ ਲਿਖਾ ਹੈ ਹਾਂਜੀ ਹਾਂਜੀ ਲੋਕ ਬਹੁਤ ਵਹਿਮ ਕਰਦੇ ਆ ਕਿ ਜੋ ਡਾਕਟਰ ਨੇ ਕਿਹਾ ਸੀ ਤਾਂ ਸੇਮ ਉਸੇ ਬ੍ਰਾਂਡ ਦੀ ਲੈਣੀ ਹੈ ਪਰ ਜੋ ਆਪਾਂ ਸਾਲਟ ਸੇਮ ਦਿੰਨੇ ਆ ਉਹਦਾ ਵੀ ਐਕਸ਼ਨ ਸੇਮ ਹੁੰਦਾ ਹੈ ਆ ਸਾਡੇ ਘਰਾਂ 'ਚ ਆਮ ਉਹੀ ਜਨਰੀਕ ਦਵਾਈ ਵਰਤੀ ਜਾਂਦੀ ਹੈ ਰਿਜ਼ਲਟ ਸੇਮ ਹੈ ਕੋਈ ਪ੍ਰੋਬਲਮ ਨਹੀਂ ਹੈ ਜੀ ਤੇ ਜਾਂਤਰ ਦਵਾਈਆਂ ਇੱਥੋਂ ਉਪਲਬਧ ਹੋ ਜਾਂਦੀਆਂ ਨੇ ਲੋਕ ਹਾਂਜੀ ਹਾਂਜੀ ਸਾਰੀਆਂ ਉਪਲਬਧ ਹੋ ਜਾਂਦੀਆਂ ਨੇ 70 ਤੋਂ 80% ਉਪਲਬਧ ਹੋ ਜਾਂਦੀਆਂ ਜੀ ਪਾਜੀ ਕੀ ਨਾਂ ਤੁਹਾਡਾ ਮੇਰਾ ਨਾਮ ਗੁਰਜਿੰਦਰ ਸਿੰਘ ਹੈ ਜੀ ਜੀ ਦੱਸੋ ਕੀ ਇੱਥੇ ਹਸਪੀਟਲ 'ਚ ਤੁਸੀਂ ਆਏ ਹੋ ਤੁਸੀਂ ਆਪਣੇ ਇਲਾਜ ਲਈ ਆਏ ਹੋ ਕਿਸੇ ਪਰਿਵਾਰਕ ਮੇਰੇ ਭਤੀਜੇ ਦੇ ਸੱਟ ਲੱਗੀ ਜੀ ਅੱਛਾ ਕਿੱਦਾਂ ਦਾ ਤਜਰਬਾ ਹੋ ਰਿਹਾ ਠੀਕ ਹੈ ਜਾਂ ਮਤਲਬ ਮੁਸ਼ਕਲ ਆ ਰਹੀ ਹੈ ਕੋਈ ਨਹੀਂ ਹੁਣ ਪਹਿਲਾਂ ਨਾਲੋਂ ਫਰਕ ਪੈ ਗਿਆ ਜੀ ਪਹਿਲਾਂ ਬਹੁਤ ਬੁਰਾ ਹਾਲ ਸੀ ਹੁਣ ਠੀਕ ਹੈ ਹੁਣ ਥੋੜੀ ਜਿਹੜੀ ਬਾ ਪਹਿਲਾਂ ਕੀ ਮੁਸ਼ਕਲ ਸੀ ਪਹਿਲਾਂ ਸਫਾਈ ਬਹੁਤ ਘੱਟ ਸੀ ਪੇਸ਼ੈਂਟ ਜਿਆਦਾ ਸੀ ਤੇ ਸਫਾਈ ਨਹੀਂ ਸੀ ਹੁਣ ਥੋੜਾ ਜਿਹਾ ਹਲਕੇ ਦਾ ਐਮਐਲਏ ਕੈਬਨਰ ਬਲਬੀਰ ਸਿੰਘ ਸਿੱਧੂ ਇੰਚਾਰਜ ਵੀ ਹਾਂਜੀ ਤੇ ਉਹਨਾਂ ਦੇ ਕੋਲ ਮੰਤ్రਾਲਾ ਵੀ ਇਹੀ ਹੈ ਤਾਂ ਇਸ ਕਰਕੇ ਥੋੜਾ ਜਿਹਾ ਫਰਕ ਪੈ ਗਿਆ ਪਹਿਲਾਂ ਨਾਲੋਂ ਹਾਂਜੀ ਸੁਧਾਰ ਹੋਇਆ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਐਜ ਜਦੋਂ ਮਰੀਜ਼ ਲੈ ਕੇ ਇੱਥੇ ਆਉਂਦੇ ਹੋ ਹਾਂਜੀ ਪੂਰਾ ਇਹ ਸਟਾਫ ਵਰਡ ਨਾ ਨਹੀਂ ਸਟਾਫ ਦੀ ਕਮੀ ਹੈ ਬਾਕੀ ਜੋ ਸਟਾਫ ਹੈ ਉਹ ਤਾਂ ਕੋਪਰੇਟ ਵਧੀਆ ਕਰਦਾ ਪਰ ਸਟਾਫ ਦੀ ਹੈ ਹੀ ਕਮੀ ਹੈ ਹੁਣ ਇੱਕ ਬੰਦੇ 10 ਬੰਦਿਆਂ ਨੂੰ ਕਿੱਦਾਂ ਹੈਂਡਲ ਕਰ ਲੇ ਸਟਾਫ ਦੀ ਤਾਂ ਕਮੀ ਹੈ ਹਾਂਜੀ ਸਟਾਫ ਦੀ ਤਾਂ ਕਮੀ ਹੈ ਤੇ ਹੋਰ ਸਫਾਈ ਦਾ ਸਾਫ ਸਫਾਈ ਤਾਂ ਜੀ ਤੁਸੀਂ ਦੇਖ ਹੀ ਲਿਆ ਬਾਥਰੂਮ ਬੂਥਰੂਮ ਦਾ ਹਾਲ ਮਾੜਾ ਹੀ ਐ। ਬਾਕੀ ਡਾਕਟਰ ਦਾ ਬਥੇਰਾ ਜੋਰ ਲਾਣੇ ਆ ਜਿਹੜੇ। ਜਿਹੜਾ ਉਹ ਸਾਹਮਣੇ ਬਾਥਰੂਮ ਬਣਿਆ ਹੋਇਆ ਉਹ ਕਿੱਦਾਂ ਸਾਰੇ ਹਾਂਜੀ ਹਾਂਜੀ ਆ ਮੈਂ ਉੱਥੇ ਜੇ ਹੁਣ ਜਾ ਕੇ ਆਇਆ ਦੋ ਮਿੰਟ ਵੱਲ। ਤੁਸੀਂ ਦੱਸਿਆ ਕਿ ਉਹ ਬੰਦ ਹੋ ਚੁੱਕਿਆ ਵਰਤੋਂ ਚ ਨਹੀਂ ਹੈ। ਨਹੀਂ ਮੈਨੂੰ ਕਿਸੇ ਨੇ ਨਹੀਂ ਦੱਸਿਆ ਖੁੱਲਾ ਪਿਆ ਓਪਨ ਪਿਆ ਜੀ ਮੈਂ ਜਾਇਆ ਹਾਂਜੀ। ਮਜਾ ਆਇਆ। ਹਾਂਜੀ ਖੁਦ ਮੈਂ ਜਾ ਕੇ ਆਇਆ। ਹਾਂਜੀ। ਪਰ ਇਹ ਤਾਂ ਚਾਚਾ ਬੱਚਾ ਵਾਲਾ ਜਿਹੜਾ ਉਹ ਤਾਂ ਕਰਤਾ ਸਫਾਈ ਉਧਰ ਤਾਂ ਠੀਕ ਐ। ਇੱਧਰ ਥੋੜੀ ਜਿਹੀ ਰਹਿ ਗਈ ਬਾਕੀ ਐਮਰਜੈਂਸੀ ਬ ਅੱਛੇ ਪੰਜਾਬ ਚ ਕਹਿੰਦੇ ਇਲਾਜ ਜਿਹੜਾ ਏ ਬਹੁਤ ਮਹਿੰਗਾ ਹੋ ਗਿਆ ਮਤਲਬ ਸਰਕਾਰੀ ਹਸਪਤਾਲਾਂ ਚ ਚੰਗਾ ਨਾ ਹੋਣ ਕਰਕੇ ਲੋਕ ਪ੍ਰਾਈਵੇਟ ਚ ਜਾਦੇ ਜਾਂਦੇ ਆ ਪ੍ਰਾਈਵੇਟ ਜਾਣ ਲੱਗੇ ਤਿਆਰ ਸੀ ਜੀ ਉਹਦਾ ਮੇਰੇ ਭਰਾ ਦੇ ਕੋਲ ਚਲੋ ਗੁੰਜਾਇਸ ਘਟਾ ਸੀ ਉਹ ਕਹਿੰਦਾ ਸੀ ਮੈਂ ਖੁਦ ਹੁਣ ਆ ਡਾਕਟਰ ਸਾਹਿਬ ਆ ਰਹੇ ਇਹਨਾਂ ਦੀ ਫੋਟੋ ਜ਼ਰੂਰ ਲਓ ਜੀ ਆ ਬਹੁਤ ਵਧੀਆ ਬੰਦੇ ਨੂੰ ਗਾਈਡ ਕਰਦੇ ਨੇ ਹਾਂ ਇਹ ਡਾਕਟਰ ਸਾਹਿਬ ਜਿਹੇ ਇਦਾਂ ਦੇ ਡਾਕਟਰ ਸਾਹਿਬ ਹੁਣ ਫਿਰ ਕੋਈ ਪ੍ਰੋਬਲਮ ਨਹੀਂ ਇਹ ਬਹੁਤ ਵਧੀਆ ਗਾਈਡ ਕਰਦੇ ਨੇ ਬੰਦੇ ਨੂੰ ਹਾਂ ਇਹ ਡਾਕਟਰ ਸਾਹਿਬ ਜਿਹੜੇ ਹਰ ਇੱਕ ਨਾ ਹਰ ਇੱਕ ਦਾ ਤਜਰਬਾ ਆਪਣਾ ਆਪਣਾ ਹੈ ਹਰ ਕੀ ਕਰਦਾ ਤੇ ਪੇਸ਼ੈਂਟ ਜਿਆਦਾ ਕਈ ਉਨ ਮੈਂ ਖੁਦ ਬਲਵੀਰ ਜੀ ਨੂੰ ਫੋਨ ਕੀਤਾ ਵੀ ਯਾਰ ਮੇਰੇ ਨਾਲ ਇਦਾਂ ਪ੍ਰੋਬਲਮ ਹੋ ਰਹੀ ਹੈ ਠੀਕ ਹੈ ਬੀ ਕੀਤਾ ਨਾਲ ਡੀਲ ਕੀਤਾ ਹਾਂ ਡੀਲ ਕੀਤਾ ਹਾਂ ਹਾਂ ਡੀਲ ਕੀਤਾ ਮੈਂ ਠੀਕ ਹੈ ਠੀਕ ਹੈ ਹਾਂ ਠੀਕ ਹੈ ਜੀ ਓਕੇ ਦਿਮਾੜੀ ਦੇ ਸਿਵਲ ਹਸਪਤਲ ਤੇ ਅਸੀਂ ਮੌਜੂਦਾ ਫੇਜ਼ 6 ਦੇ ਵਿੱਚ ਹਸਪਤਲ ਮੌਜੂਦ ਹੈ ਜਿੱਥੇ ਕਿ ਸਡਨ ਐਸ ਐਮਓ ਡਾਕਟਰ ਅਰੀਤ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮੈਮ ਸਭ ਤੋਂ ਪਹਿਲਾਂ ਥੋੜਾ ਓਵਰਲ ਦੱਸੋ ਸਾਨੂੰ ਹਸਪਤਲ ਦੇ ਵਿੱਚ ਕਿਸ ਕਿਸ ਤਰੀਕੇ ਦੀ ਫੈਸਿਲਿਟੀ ਤੁਸੀਂ ਫਿਲਹਾਲ ਪ੍ਰੋਵਾਈਡ ਕਰ ਰਹੇ ਹੋ ਤੇ ਮੈਡੀਸਨ ਨੂੰ ਲੈ ਕੇ ਖਾਸ ਤੌਰ ਤੇ ਅਸੀਂ ਗੱਲ ਕੀਤੀ ਸੀ ਲੋਕਾਂ ਦੇ ਨਾਲ ਇੱਥੇ ਫਰੀਜ਼ ਤੁਹਾਡੇ ਜਾ ਰਹੇ ਸੀ ਸਾਹਮਣੇ ਜੋ ਪੰਜਾਬ ਗਵਰਨਮੈਂਟ ਦਾ ਮੈਡੀਸਨ ਵਾਲਾ ਸੈਂਟਰ ਬਣਿਆ ਹੋਇਆ ਹੈ ਉੱਥੋਂ ਮੋਸਟਲੀ ਦਵਾਈ ਨਹੀਂ ਮਿਲ ਰਹੀ ਸੀ ਅੱਗੇ ਉਹਨਾਂ ਨੂੰ ਜਨਵਾਚਤੀ ਕੋਲ ਜਾਣਾ ਪੈ ਰਿਹਾ ਸੀ ਅ ਕਿਸ ਤਰੀਕੇ ਨਾਲ ਤੁਸੀਂ ਫਿਲਹਾਲ ਆਪਣੇ ਹਸਪੀਟਲ ਦੀ ਜਿਹੜੀਆਂ ਸਰਵਿਸਿਜ਼ ਤੁਸੀਂ ਦੇ ਰਹੇ ਹੋ ਕਿਸ ਤਰੀਕੇ ਨਾਲ ਵੇਖ ਲਿਆ ਇਸ ਤਰ੍ਹਾਂ ਦੇ ਸਰਵਿਸਿਜ਼ ਜਿਹੜੀਆਂ ਹੁੰਦੀਆਂ ਔਨ ਪੇਪਰ ਕਈ ਵਾਰ ਬਹੁਤ ਸਰਵਿਸਿਜ਼ ਹੁੰਦੀਆਂ ਚੀਜ਼ਾਂ ਅਵੇਲੇਬਲ ਵੀ ਹੁੰਦੀਆਂ ਕਈ ਵਾਰੀ ਉਹਦੀ ਐਗਜ਼ੀਕਿਊਸ਼ਨ ਵਿੱਚ ਕੁਝ ਕਮੀਆਂ ਹੁੰਦੀਆਂ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਹੁਣ ਤੁਸੀਂ ਇਸ ਵਕਤ ਆਏ ਹੋ 3 ਵਜੇ ਹੈ ਨਾ ਹਸਪੀਟਲ ਬੰਦ ਹੋ ਜਾਂਦਾ ਹੈ ਜਿਹੜੀ ਰੈਗੂਲਰ ਪਰਚੀਆਂ ਰੈਗੂਲਰ ਡਿਸਟ੍ਰਿਬਿਊਸ਼ਨ ਮੈਡੀਸਨ ਦੀ ਉਹ ਵੀ OPD ਡਿਸਟ੍ਰਿਬਿਊਸ਼ਨ ਬੰਦ ਹੋ ਜਾਂਦੀ ਹੈ ਤੇ ਉਸ ਵਕਤ ਮਰੀਜ਼ੋਂ ਕਈ ਵਾਰੀ ਬਾਹਰੋਂ ਵੀ ਲੈਣਾ ਪੈਂਦਾ ਹੁਣ ਮੇਰਾ ਇਹ ਰਹੇਗਾ ਮੈਨੂੰ ਅਜੇ ਜੁਆਇਨ ਕਿਥੇ ਤੇ 3 ਦਿਨ ਹੋਏ ਕਿ ਕੁਝ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਸਟ੍ਰੀਮਲਾਈਨ ਕਰਕੇ ਅਸੀਂ ਬਿਹਤਰ ਮਰੀਜ਼ ਨੂੰ ਸਰਵਿਸ ਦੇ ਸਕਦੇ ਆ ਤੇ ਉਹ ਬੇਤਰ ਦੇਣ ਵਾਸਤੇ ਸਾਨੂੰ ਕਈ ਕਿਸਮ ਦੀਆਂ ਚੀਜ਼ਾਂ ਨੂੰ ਜਿਵੇਂ ਆਰਡਰ ਨਾਲ ਕਰਨਾ ਪਏਗਾ ਵੀ ਜਿਹੜਾ ਮਰੀਜ਼ ਜੇ 2 ਵਜੇ ਆਇਆ ਜਿਹਦੇ ਕੋਲ ਪਰਚੀ ਨਹੀਂ ਹੈ ਉਹਦੀ ਕਿੱਥੇ ਨੰਬਰ ਲੱਗੇ ਐਨਾ ਹੋਏ ਕਿ ਉਹ ਇੱਧਰ ਉੱਧਰ ਦੌੜਦਾ ਫਿਰ ਕਿਸਥੇ ਜਾ ਰਿਹਾ ਉਹਦੀ ਮੈਡੀਸਨ ਦੀ ਅਵੇਲੇਬਿਲਿਟੀ ਕਿੰਜ ਹੋ ਸਕਦੀ ਹੈ ਜਿਹੜੇ ਉਹਨੂੰ ਟੈਸਟ ਚਾਹੀਦੇ ਆ ਇਹ ਸਭ ਥੋੜਾ ਜਿਹਾ ਕਿਉਂਕਿ ਮੈਂ ਜੇ ਨਵਾਂ ਹਸਪੀਟਲ ਜੁਆਇਨ ਕੀਤਾ ਮੈਨੂੰ ਥੋੜਾ ਜਿਹਾ ਜੇ ਤੇ ਮੈਂ ਸਿਰਫ ਦੇਖ ਰਿਹਾ ਕਿ ਪਹਿਲੇ ਕੀ ਸਿਸਟਮ ਚੱਲ ਰਿਹਾ ਸੀ ਉਹਨੂੰ ਇੰਪਰੂਵ ਕਰਨ ਬਾਰੇ ਮੈਨੂੰ ਪੂਰੀ ਉਮੀਦ ਹੈ ਤੇ ਪੂਰੀ ਹੈ ਕਿ ਆ ਕਿ ਸਾਡੇ ਕੋਲ ਇਹ ਨਹੀਂ ਹੈ ਕਿ ਦੇਖੋ ਮੈਡੀਸਨ ਇਸ ਵਕਤ ਨਾ ਬਹੁਤ ਐਡਵਾਂਸ ਚਲ ਰਿਹਾ ਹੈ ਮੈਡੀਕਲ ਸਾਇੰਸ ਤੇ ਹਜ਼ਾਰਾਂ ਕਿਸਮ ਦੀ ਮੈਡੀਸਨ ਮੌਜੂਦ ਹੈ ਜਿਵੇਂ ਬਲੱਡ ਪ੍ਰੈਸ਼ਰ ਲੈ ਲੋ ਤੇ ਬਲੱਡ ਪ੍ਰੈਸ਼ਰ ਵਾਸਤੇ ਵੀ ਦਵਾਈਆਂ ਮੌਜੂਦ ਹੈ ਠੀਕ ਹੈ ਜੀ ਪਰ ਸਾਨੂੰ ਅਸੀਂ ਵੀ ਨਾ ਰੱਖ ਸਕਦੇ ਆ ਨਾ ਸਰਕਾਰ ਨੂੰ ਰੱਖਣੀਆਂ ਚਾਹੀਦੀਆਂ ਹੈ ਨਾ ਸਾਨੂੰ ਦੋ ਤੇ ਹੀ ਰਿਸਟ੍ਰਿਕਟ ਕਰਨਾ ਪਏਗਾ ਦੋ ਉਹ ਹੋਣੀਆਂ ਚਾਹੀਦੀਆਂ ਜਿਦੇ ਨਾਲ 90% ਦੀ ਕਵਰੇਜ ਮਿਲ ਜਾਏ 10% ਫੇਰ ਵੀ ਰਹਿ ਜਾਏਗਾ ਤੇ ਉਹ 10% ਹੋ ਸਕਦਾ ਹੈ ਬਾਜ਼ਾਰ ਤੋਂ ਵੀ ਲੈਣੀ ਪੈ ਜਾਏ ਕਿਸੇ ਨੂੰ ਜਾਂ ਉਹ ਉਹਦੇ ਬਾਰੇ ਚਲੋ ਅਸੀਂ ਅਜੇ ਸਾਨੂੰ ਆਪਣਾ ਸਾਰਾ ਜ਼ੋਰ 90% ਨੂੰ ਦੇ ਉੱਤੇ ਲਗਾਉਣਾ ਚਾਹੀਦਾ ਹੈ ਉਹ ਹੀ ਜਿੰਨੇ ਜਿੰਨੇ ਜ਼ਰਤਾਰ ਮਰੀਜ਼ਾਂ ਨਾਲ ਅਸੀਂ ਗੱਲ ਕੀਤੀ ਹੈ ਉਹਨਾਂ ਦਾ ਇਹ ਕਹਿਣਾ ਸੀ ਇੱਕ ਤਾਂ ਜਿਹੜਾ ਮਹਿੰਗਾ ਟੈਸਟ ਹੁੰਦਾ ਹੈ ਉਹ ਸਾਨੂੰ ਮੋਸਟਲੀ ਵਾਰੋਂ ਹੀ ਕਰਵਾਉਣਾ ਪੈ ਰਿਹਾ ਹੈ ਇਸ ਤੋਂ ਇਲਾਵਾ ਮੈਡੀਸਨ ਦੇ ਵਿੱਚ ਵੀ ਉਹਨਾਂ ਨੂੰ ਇਸੇ ਤਰੀਕੇ ਦੀ ਦਿੱਕਤ ਪੇਸ਼ ਆਉਂਦੀ ਹੈ ਮੈਂ ਜਨਨਣਾ ਚਾਹੁੰਦਾ ਹਾਂ ਤੁਸੀਂ ਨਵਾਂ ਜੁਆਇਨ ਕੀਤਾ ਹੈ ਤੁਸੀਂ ਇਸ ਨੂੰ ਇੰਪਰੂਵ ਕਰਨ ਲਈ ਕਿ ਅੱਗੇ ਤੁਹਾਡੇ ਕੋਲ ਪਲੈਨਿੰਗ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਇਸ ਚੀਜ਼ ਨੂੰ ਇੰਪਰੂਵ ਕਰੋਗੇ ਇੱਕ ਬਜ਼ੁਰਗ ਲੇਡੀ ਸੀ ਉਹ ਜਿੱਥੇ ਤੁਸੀਂ ਪਰਚੀ ਕੱਟਣ ਦੀ ਗੱਲ ਕਹਿ ਰਹੇ ਹੋ ਉਹ ਪਿਛਲੇ ਪੌਣੇ ਘੰਟੇ ਤੋਂ ਉੱਥੇ ਬੈਠੇ ਹੋਏ ਐ ਅਸੀਂ ਉਹਨਾਂ ਨਾਲ ਗੱਲ ਕੀਤੀ ਐ ਉਹਨਾਂ ਨੇ ਸ਼ਾਇਦ ਕੋਈ ਫੀਸ ਜਮ੍ਹਾਂ ਕਰਵਾਉਣੀ ਸੀ ਪਰ ਉਹਨਾਂ ਨੂੰ ਦੱਸਣ ਵਾਲਾ ਕੋਈ ਨਹੀਂ ਸੀ ਉੱਥੇ ਇਹ ਇਹ ਜਿਹੜੀ ਪ੍ਰੀਸਾਈਸਲੀ ਦਿਸ ਇਜ਼ ਵਾਟ ਆਮ ਸੇਇੰਗ ਕਿ ਵੀ ਕਈ ਵਾਰੀ ਕੋਈ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਜਿਵੇਂ ਡਾਕਟਰ ਨੇ ਕੁਝ ਲਿਖ ਕੇ ਫੜਾਤਾ ਜੀ ਫਰਾਨੇ ਨੰਬਰ ਹੀ ਚਲੇ ਜਾਓ ਜਿੱਥੇ ਉਹਨੇ ਜਾਣਾ ਉਹ ਬੰਦਾ ਸ਼ਾਇਦ ਛੁੱਟੀ ਤੇ ਹੀ ਐ ਸ਼ਾਇ ਕਿ ਉਹ ਕਿਸੇ ਮੀਟਿੰਗ ਤੇ ਹੈ ਤੇ ਮਤਲਬ ਜਿਹੜੀ ਸਾਡੀ ਸਿਸਟਮ ਹੈ ਦਾ ਮੇਰੇ ਕੋਲ ਈਕਤਾ ਹੈ ਹੈਗਾ ਕਿ ਅਸੀਂ ਬਹੁਤ ਚੀਜ਼ਾਂ ਨੂੰ ਕੰਪਿਊਟਰਾਈਜ਼ਡ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਭਈ ਜਿੱਥੇ ਡਾਕਟਰ ਬੈਠੇ ਆ ਉਹ ਨੂੰ ਕਟਾਈਏ ਜਿਹੜੀਆਂ ਤੇ ਇਹਦੇ ਵਾਸਤੇ ਅਸੀਂ ਸੀ ਡੈਕ ਜੋ ਮੋਹਾਲੀ ਹੈ ਉਹਨਾਂ ਕੋਲ ਕਈ ਪ੍ਰੋਪੋਜ਼ਲਸ ਐ ਜੋ ਪੀਜੀਆਈ ਵਿੱਚ ਵੀ ਕਰ ਰਹੇ ਆ ਜਿੱਦੇ ਪੇਸ਼ੈਂਟ ਫੀਡਬੈਕ ਵੀ ਹੁੰਦੀ ਹੈ ਮੈਡੀਸਨ ਵਾਸਤੇ ਜਿਵੇਂ ਉਹਨਾਂ ਦੀ ਸੁਣਨ ਵਿੱਚ ਸ਼ਾਇਦ ਔੜ ਵੀ ਲੱਗਦਾ ਵੀ ਕਿਓਸਕ ਵਿੱਚ ਚੱਲੇ ਜਾਓ ਉੱਥੇ ਆਪਣਾ ਲਗਾ ਦਿਓ ਉਹਦੇ ਵਿੱਚ ਅਸੀਂ ਆਪਣੇ ਕੋਈ ਅਸਿਸਟੈਂਟ ਬਿਠਾ ਕੇ ਮਤਲਬ ਸਾਡੀ ਪਲੈਨਿੰਗ ਹੈਗੀ ਹੈ ਮੇਰੀ ਵਚਨਬੱਧਤਾ ਜਿਹਦੇ ਨਾਲ ਮੈਂ ਇੱਥੇ ਆਈਆਂ ਉਹ ਹੈ ਜੋ ਕਿ ਆਊਟ ਆਫ ਪਾਕਟ ਐਕਸਪੈਂਸ ਹੁੰਦਾ ਹੈ ਪੇਸ਼ੈਂਟ ਦਾ ਜਿਹਨੂੰ ਕਹਿੰਦੇ ਆ ਓਪੀਈ ਜਿਹੜਾ ਪੰਜਾਬ ਵਿੱਚ ਬਹੁਤ ਜਿਆਦਾ ਹੈ ਸਰਕਾਰੀ ਹਸਪਤਾਲ ਚ ਆਉਣ ਵਾਲੇ ਪੇਸ਼ੈਂਟ ਤਾਂ ਉਹ ਅਸੀਂ ਮਿਨੀਮਾਈਜ਼ ਮਿਨੀਮਾਈਜ਼ ਕਰਦੀ ਹੈ ਮੈਂ ਜ਼ੀਰੋ ਨਹੀਂ ਕਹਾਂਗੀ which is not possible ਪਰ ਮਿਨੀਮਾਈਜ਼ ਅਸੀਂ ਕਰ ਸਕਦੇ ਹਾਂ ਪਲੱਸ ਅਸੀਂ ਆਪਣੇ ਸਿਸਟਮ ਨੂੰ ਐਫੀਸ਼ੀਐਂਟ ਐਂਡ ਪੇਸ਼ੈਂਟ ਫ੍ਰੈਂਡਲੀ ਬਣਾਈਏ ਕੁਝ ਟਾਈਮ ਲੱਗੇਗਾ ਮੈਨੂੰ ਉਮੀਦ ਹੈ ਕਿ ਹੋ ਜਾਂਦੀਆਂ ਚੀਜ਼ਾਂ ਕਮ ਸੇ ਕਮ ਸਾਡਾ ਡ੍ਰੀਮ ਹੈ ਮੇਰਾ ਡ੍ਰੀਮ ਹੈ ਤੇ ਹੈਲਥ ਮਿਨਿਸਟਰ ਸਾਹਿਬ ਜਿਹੜੇ ਹੈਗੇ ਆ ਆਪਣੇ ਉਹਨਾਂ ਦਾ ਵੀ ਇਹ ਡ੍ਰੀਮ ਹੈ ਕਿ ਇੱਕ ਅਸੀਂ ਆਪਣੇ ਇਸ ਹਸਪਤਾਲ ਨੂੰ ਬਹੁਤ ਇਸ ਚੀਜ਼ ਵਿੱਚ ਅੱਗੇ ਲੈ ਕੇ ਜਾਈਏ ਤਾਂ ਲੰਬਾ ਐਕਸਪੀਰੀਅੰਸ ਤੋਂ ਡਰ ਰਿਹਾ ਮੈਂ ਇੱਕ ਪੰਜਾਬਵਾਰੀ ਇਹ ਜਨਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਜਿਹੜੀ ਹੈਗੀ ਹੈ ਪ੍ਰਾਈਵੇਟ ਹੈਲਥ ਸੈਕਟਰ ਜਿਹੜਾ ਉਹ ਲਗਾਤਾਰ ਗਰੋ ਕਰ ਰਿਹਾ ਹੈ ਪਰ ਜਿਹੜਾ ਪਬਲਿਕ ਹੈਲਥ ਸੈਕਟਰ ਹੈ ਉਹ ਲਗਾਤਾਰ ਡਾਊਨ ਜਾ ਰਿਹਾ ਹੈ ਉਹਦੀ ਉਹਦੀ ਹਾਲਤ ਜਿਹੜੀ ਹੈ ਉਹ ਸੁਧਰਦੀ ਹੋਈ ਨਜ਼ਰ ਨਹੀਂ ਆ ਰਹੀ ਇੱਕ ਰਿਪੋਰਟ ਵੀ ਕਹਿ ਰਹੀ ਹੈ ਕਿ ਜਿਹੜੇ ਪਿੰਡਾਂ ਦੇ ਖਾਸ ਤੌਰ ਤੇ ਲੋਕ ਜਿਹੜੇ ਨੇ ਉਹ 70% ਲੋਕ ਪ੍ਰਾਈਵੇਟ ਹਸਪੀਟਲ ਦੇ ਉੱਤੇ ਭਰੋਸਾ ਕਰਦੇ ਨੇ ਮੈਂ ਇਹ ਜਨਣਾ ਚਾਹੁੰਦਾ ਕਿ ਤੁਸੀਂ ਖੁਦ ਉੱਤੇ ਭਰੋਸਾ ਕਿਸ ਤਰੀਕੇ ਪੈਦਾ ਕਰ ਰਹੇ ਹੋ ਕਿ ਪਬਲਿਕ ਸੈਕਟਰ ਦਾ ਜਿਹੜਾ ਹੈਲਥ ਸੈਕਟਰ ਹੈ ਉਹ ਕਿਸ ਤਰੀਕੇ ਨਾਲ ਪਬਲਿਕ ਦੇ ਵਿੱਚ ਭਰੋਸਾ ਕਰੇਗਾ ਕਿਉਂਕਿ ਨਜ਼ਰ ਹੀ ਆਉਂਦਾ ਹੈ ਕਿ ਲੋਕਾਂ ਦਾ ਭਰੋਸਾ ਜਿਹੜਾ ਇਸ ਤੋਂ ਟੁੱਟਦਾ ਜਾ ਰਿਹਾ ਹੈ ਨੇ ਲੋਕਾਂ ਦਾ ਭਰੋਸਾ ਚਾਏ ਮੇਰਾ ਨਹੀਂ ਖਿਆਲ ਹੈ ਕਿ ਅਸੀਂ ਪੂਰਾ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਟੁੱਟਦਾ ਜਾ ਰਿਹਾ ਕਿਉਂਕਿ ਬਹੁਤ ਵੱਡੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਮਰੀ ਸਰਕਾਰੀ ਸੰਸਥਾ ਵਿੱਚ ਵੀ ਆਂਦੇ ਐ ਇਸ ਤਰ੍ਹਾਂ ਨਹੀਂ ਐ ਔਰ ਖਾਸ ਤੌਰ ਤੇ ਜਿਹੜਾ ਮਟਰਨਿਟੀ ਸਰਵਿਸੇਸ ਐ ਡਿਲੀਵਰੀ ਵਗੈਰਾ ਜਿਹੜੀ ਕਿ ਫ੍ਰੀ ਐ ਹੁਣ ਲੋਕਾਂ ਨੂੰ ਪਤਾ ਐ ਕਿ ਫ੍ਰੀ ਐ ਸਰਕਾਰੀ ਹਸਪਤਾਲ ਵਿੱਚ ਸਾਨੂੰ ਫ੍ਰੀ ਔਰ ਮਿਲ ਵੀ ਰਹੀ ਐ ਜਿੱਥੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਫੀਲਡ ਵਿੱਚ ਅਸੀਂ ਇਨਸਟੀਚੂਨਲ ਡਿਲੀਵਰੀ ਹੈ ਜਿਹੜੀ ਕਿ ਹਸਪਤਾਲਾਂ ਵਿੱਚ ਡਿਲੀਵਰੀ ਹੈ ਉਹ ਆਲਮੋਸਟ ਸੋਫੀ ਸਦੀ ਦੇ ਨੇੜੇ ਹੈ ਉਹ ਅੱਛਾ ਹੈ ਮਤਲਬ ਠੀਕ ਹੈ ਉਹਨੂੰ ਹੋਰ ਸੁਧਾਰਨ ਦੀ ਨਹੀਂ ਹੈ ਕਿ ਜ਼ਰੂਰਤ ਨਹੀਂ ਹੈ ਪਰ ਹੈ ਉਹਦੇ ਵਿੱਚ ਹੈ ਕਿ ਆਮ ਆਦਮੀ ਆਪਣੀ ਡਿਲੀਵਰੀ ਕਰਾਂ ਸਰਕਾਰੀ ਹਸਪਤਾਲ ਵਿੱਚ ਜਾਂਦਾ ਹੈ ਜਿਹੜੀ ਬਾਕੀ ਦੀਆਂ ਚੀਜ਼ਾਂ ਉਹਦੇ ਵਿੱਚ ਜਿਹੜੀ ਨਰਸਿੰਗ ਔਰ ਸਪੈਸ਼ਲਿਸਟ ਦੀ ਕਮੀ ਜਾਂ ਸਪੈਸ਼ਲਿਸਟ ਦੀ ਉਲਟੀ ਸਿੱਧੀ ਇੱਧਰ ਉੱਧਰ ਡਿਊਟੀ ਜਿਹਦੇ ਵਿੱਚ ਉਹਦਾ ਟਾਈਮ ਖਰਾਬ ਹੋਏ ਉਹ ਸਭ ਚੀਜ਼ਾਂ ਹੈ ਨੇ ਪਰ ਮੈਨੂੰ ਲੱਗਦਾ ਕਿ ਅਸੀਂ ਅਗਰ ਇੱਕ ਆਪਣਾ ਜੇ ਤਹਈਆ ਕਰ ਹੀ ਲਿੱਤਾ ਤੇ ਹਰ ਹਰ ਚੀਜ਼ ਹੋ ਸਕਦੀ ਹੈ ਮੈਂ 16 ਸਾਲ 16 ਸੈਕਟਰ ਜਿਹੜਾ ਚੰਡੀਗੜ੍ਹ ਦਾ ਹੈ ਯੂਟੀ 10 ਸਾਲ ਉੱਥੇ ਨੌਕਰੀ ਕੀਤੀ ਹੈ ਉਹ ਇੱਕ ਡਿਸਟ੍ਰਿਕਟ ਹਸਪੀਟਲ ਦੇ ਲੈਵਲ ਦਾ ਹਸਪੀਟਲ ਹੈ ਤੇ ਅਸੀਂ ਖੁਦ ਆਪਣੇ ਬੱਚੇ ਆਪਣੇ ਮਾਪੇ ਉਨ ਉੱਥੇ ਦਾਖਲ ਕਰਾਉਂਦੇ ਰਹੇ ਕਿਉਂਕਿ ਉੱਥੇ ਸਰਵਿਸ ਸੀਗੀ ਕੋਈ ਸਾਨੂੰ ਇੰਝ ਨਹੀਂ ਲੱਗਦਾ ਸੀ ਕਿ ਇਹ ਗੰਦਾ ਹੈ ਤਾਂ ਮੇਰਾ ਏਮ ਬਸ ਹੈ ਕਿ ਜਿਹੜਾ ਸਿਵਲ ਹਸਪੀਟਲ ਮੁਹਾਲੀ ਅਸੀਂ ਇਸ तरीके दी ओदी सफाई ਤੇ ओदी ਸਿਸਟਮ ਹੋਏ ਕਿ ਅਸੀਂ ਆਪਣਾ ਬੱਚਾ ਆਪਣੇ ਮਾਵਾਪਾ ਆਪਣਾ ਰਿਸ਼ਤੇਦਾਰ ਆਪਣੇ ਵਿੱਚ ਢਾਕਲ ਕਰਾਈਏ ਮੇਰੀ ਇਹ ਚਾਹਤ ਹੈ ਦੇਖੋ ਪਹਿਲੇ ਤੇ ਚਾਹਤ ਹੈ ਉਸ ਤੋਂ ਬਾਅਦ ਪਲਾਨ ਵੀ ਹੈ ਅਜੇ ਐਗਜ਼ੀਕਿਊਸ਼ਨ ਨੂੰ ਟਾਈਮ ਲੱਗੇਗਾ ਤੇ ਇਹੀ ਚਾਹਤ ਸਾਡੇ ਮੇਰਾ ਖਿਆਲ ਹੈ ਸਾਰੇ ਡਿਪਾਰਟਮੈਂਟ ਦੀ ਹੈ ਸਿਹਤ ਮੰਤਰੀ ਦੀ ਵੀ ਹੈ ਬਹੁਤ ਸੀਰੀਅਸਲੀ ਹੈ ਚਾਹਤ ਪਰ ਐਗਜ਼ੀਕਿਊਟ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਮੈਂ ਇੱਕ ਜਰੂਰ ਪੁੱਛਣਾ ਚਾਹਾਂਗਾ ਕਿ ਹਿੰਦੁਸਤਾਨ ਦੇ ਵਿੱਚ ਇੱਕ ਸਵਚ ਭਾਰਤ ਮੂਹਮ ਚੱਲ ਰਹੀ ਹੈ ਹਸਪੀਟਲਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਹੱਥ ਜਿਹੜੀ ਸਫਾਈ ਹੈ ਉਹ ਬਹੁਤ ਜ਼ਰੂਰੀ ਹੈ ਅਸੀਂ ਵਾਸ਼ਰੂਮ ਵੇਖਿਆ ਸੀ ਬਹੁਤ ਬੱਦਰ ਹਾਲਤ ਦੇ ਵਿੱਚ ਹੈ ਸਾਡੇ ਕੋਲ ਵਿਜ਼ੂਅਲ ਵੀ ਪਏ ਨੇ ਉਹਦੇ ਲਈ ਤੁਸੀਂ ਕੀ ਕਦਮ ਚੁੱਕੋਗੇ ਕਿਉਂਕਿ ਕਿਤੇ ਇੱਕ ਬੇਸਿਕ ਚੀਜ਼ ਹੋ ਜਾਂਦੀ ਹੈ ਮੈਂ ਬਿਲਕੁਲ ਮੰਨਦੀ ਹਾਂ ਪਰ ਇਸ ਵੇਲੇ ਨਾ ਅਸੀਂ ਸਫਾਈ ਨਹੀਂ ਕਰ پا ਰਹੇ ਕਿਉਂਕਿ ਅੱਡੇ ਸਾਡੇ ਅੱਗੋਂ ਡਰੇਨ ਬਲੌਕ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਰਾ ਹਸਪੀਟਲ ਪੁੱਟਿਆ ਪਿਆ ਹੈ ਜਗਾ ਜਗਾ ਤੇ ਸਭ ਕੁਝ ਪਿਆ ਹੋਇਆ ਹੈ ਕਈ ਬਾਥਰੂਮ ਬੰਦ ਕੀਤੇ ਗਏ ਆ ਜਿਹੜੇ ਤੁਸੀਂ ਦੇਖੇ ਵੀ ਹੋਏਗੇ ਉਹ ਵੈਸੇ ਬੰਦ ਕੀਤੇ ਹੁੰਦੇ ਆ ਪਰ ਉਹ ਕੋਈ ਲਗਾਤਾਰ ਬੇਪੇਸ਼ੈਂਟ ਆ ਜਾਂਦੇ ਕੋਈ ਬੂਡ ਨਹੀਂ ਲੱਗਿਆ ਨਹੀਂ ਬੰਦ ਕਿਉਂ ਉਹਨਾਂ ਨੂੰ ਤਾਲਾ ਲਾ ਛੱਡਦੇ ਆ ਫੇਰ ਵੀ ਲੋਕ ਆ ਜਾਂਦੇ ਆ ਕਿਉਂਕਿ ਹੁਣ ਨਵੀਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਐਮਰਜੈਂਸੀ ਦਾ ਨਵਾਂ ਅਸੀਂ ਸ਼ਿਫਟ ਕਰ ਰਹੇ ਆ ਨਵੀਂ ਐਮਰਜੈਂਸੀ ਜਿਹਦੇ ਵਿੱਚ ਨਿਊ ਟਾਇਲਟ ਹੈ ਉਹ ਸ਼ਿਫਟ ਹੋ ਰਿਹਾ ਹੈ ਜਿਹੜੇ ਪੁਰਾਣੇ ਹੈ ਉਹ ਇਸ ਵਕਤ ਮਤਲਬ ਟਰਾਂਜੀਸ਼ਨ ਜੀ ਵਿੱਚ ਹੈ ਟਰਾਂਜੀਸ਼ਨ ਕਿਉਂਕਿ ਇਹ ਬਹੁਤ देर ਚਲਣੀ ਹੈ ਕਿਉਂਕਿ ਇਹ ਵਾਲਾ ਹਸਪਤਾਲ ਮੈਡੀਕਲ ਕਾਲਜ ਬਣਨ ਜਾ ਰਿਹਾ ਹੈ ਤੇ ਇਸ ਕਰਕੇ ਜਗਾ ਜਗਾ ਤੇ ਪੁੱਟਿਆ ਪਿਆ ਲੀਕੇਜ ਹੈ ਮਲਬਾ ਹੈ ਕੋਈ ਪਾਰਕਿੰਗ ਨਹੀਂ ਹੈਗੀ ਬਾਥਰੂਮ ਚੌਕਟ ਹੈ ਚੌਕ ਹੋ ਗਏ ਆ ਬਾਥਰੂਮ ਕਿਉਂਕਿ ਕੰਸਟਰਕਸ਼ਨ ਦਾ ਉਹਨਾਂ ਵਿੱਚ ਮ ਸੋ ਕਾਫੀ ਜਿਹੜੀ ਹੈ ਇਹ ਪ੍ਰੋਬਲਮ ਹੈ ਕਦੋਂ ਤੱਕ ਚੰਗੀ ਫੈਸਿਲਿਟੀ ਇਹਨਾਂ ਨੂੰ ਮਿਲ ਜਾਏਗੀ ਇਹ ਚੀਜ਼ਾਂ ਕਦੋਂ ਤੱਕ ਥੋੜੀ ਜਿ ਜਿਸਨਾ ਹੈ ਜੱਚਾ ਬੱਚਾ ਵਾਲਾ ਜਿਹੜਾ ਹੈਗਾ ਹੈ ਇੱਥੇ ਸਿਰਫ ਇਹਨਾਂ ਨੇ ਦੋ ਮੰਜ਼ਿਲਾ ਬਣਾਨੀਆਂ ਸੀ ਉਹ ਆਲਮੋਸਟ ਕੰਪਲੀਟ ਹੈ ਜਿਹੜਾ ਪੁੱਟ ਪਟਾਈ ਦਾ ਕੰਮ ਜਿਹਦੇ ਕਰਕੇ ਲੀਕ ਕੇ ਜਿੱਤੇ ਚੋਕ ਹੋ ਰਹੇ ਸੀ ਬਾਥਰੂਮ ਵਗੈਰਾ ਇਸ ਪਾਸੇ ਦਾ ਕੰਪਲੀਟ ਹੈ ਇੱਧਰ ਇਹਨਾਂ ਨੇ ਐਮਰਜੈਂਸੀ ਬਣਾ ਕੇ ਸਾਨੂੰ ਕੰਪਲੀਟ ਕਰਕੇ ਦੇ ਦਿੱਤੀ ਹੈ ਬਟ ਐਸ ਯੂ ਕੈਨ ਸੀ ਕਿ ਐਂਟਰੀ ਵਗੈਰਾ ਅਜੇ ਵੀ ਟੁੱਟੀ ਹੋਈ ਹੈ ਉੱਥੇ ਲਿਫਟ ਬੰਨੀ ਹੈ ਅਜੇ ਮਤਲਬ ਕਾਫੀ ਗੜਬੜ ਹੈ ਹੁਣ ਜਦੋਂ ਅਸੀਂ ਘਰ ਵੀ ਬਣਾਉਂਦੇ ਅਸੀਂ ਕਹਿੰਦੇ 6 ਮਹੀਨੇ ਲੱਗਣਗੇ ਠੇਕੇਦਾਰ ਕਹਿੰਦਾ ਜਦੋਂ ਆਲਟੀਮੇਟਲੀ ਡੇਢ ਸਾਲ ਲੱਗ ਜਾਂਦਾ ਸੋ ਵੈਸੇ ਤੇ ਹੈ ਬੰਨਣਾ ਇਸ ਸਾਲ ਵਿੱਚ 2020 ਤੱਕ ਬਣਨ ਦਾ ਇਹਦਾ ਟੀਚਾ ਹੈ ਹੁਣ ਇਹ ਤਾਂ ਮੈਂ ਬਹੁਤ ਨਹੀਂ ਕਾਂਗੀ ਕਿ ਇਹ ਹੁਣੇ ਹੀ ਬਣ ਜਾਏਗਾ ਪਰ ਜਿੱਥੋਂ ਤੱਕ ਜੋ ਜੋ ਸਾਨੂੰ ਮਿਲੀ ਜਾਏਗਾ ਟੇਕਓਵਰ ਅਸੀਂ ਕਰੀ ਜਾਵਾਂਗੇ ਉਹਨੂੰ ਅਸੀਂ ਫੌਰੀ ਤੌਰ ਤੇ ਸੁਧਾਰਾਂਗੇ ਉਹਦੇ ਵਿੱਚ ਇੱਕ ਦਿਨ ਦਾ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਸੋ ਇਸ ਹਨ ਡਾਕਟਰ ਰੀਤ ਐਸਐਮਓ ਸਿਵਲ ਹਸਪੀਟਲ ਫੇਜ਼ 6 ਮੋਹਾਲੀ ਜਿਹਨਾਂ ਦਾ ਇਹ ਕਹਿਣਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦੀ ਕਮੀ ਹੈ ਉਹ ਇਸ ਚੀਜ਼ ਨੂੰ ਐਡਮਿਟ ਕਰਦੇ ਨੇ ਮੰਨਦੇ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਲਗਾਤਾਰ ਇਸ ਪਾਸੇ ਅਸੀਂ ਧਿਆਨ ਦੇ ਰਹੇ ਹਾਂ ਕਿ ਸਟਾਫ ਦਾ ਜਿਹੜਾ ਵਰਤਾਓ ਹੈ ਮਰੀਜ਼ਾਂ ਦੇ ਨਾਲ ਉਹ ਵੀ ਬਿਹਤਰ ਹੋਵੇ ਤੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਜਿਹੜੀਆਂ ਸਹੂਲਤਾਂ ਨੇ ਉਹ ਵੀ ਵੱਧ ਤੋਂ ਵੱਧ ਮਰੀਜ਼ਾਂ ਤੱਕ ਪਹੁੰਚਾਈਆਂ ਜਾ ਸਕਣ ਇਹ ਛੋਟੇ ਬ੍ਰੇਕ ਲਈ ਰੁਕਾਂਗੇ ਪੰਜਾਬ ਬੋਲਦਾ ਲਗਾਤਾਰ ਜਾਰੀ ਰਹੇਗਾ ਇੱਥੇ ਕੁਝ ਮਰੀਜ਼ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਕਈ ਤਰ੍ਹਾਂ ਦੇ ਸਵਾਲ ਜੜਨੇ ਇੱਥੇ ਖੜੇ ਕੀਤੇ ਨੇ ਕਿ ਡਾਕਟਰ ਜਿਹੜੇ ਨੇ ਉਹ ਸਮੇਂ ਤੋਂ ਪਹਿਲਾਂ ਹੀ ਇੱਥੇ ਨਿਕਲ ਗਏ ਨੇ ਸਹੀ ਤਰੀਕੇ ਨਾਲ ਇਲਾਜ ਨਹੀਂ ਮਿਲ ਰਿਹਾ ਮੈਮ ਤੁਹਾਡਾ ਨਾਂ ਕੀ ਹੈ ਜੀ ਕੁਲਦੀਪ ਕੌਰ ਜੀ ਮੈਮ ਕੀ ਦਿੱਕਤ ਆ ਰਹੀ ਤੁਹਾਨੂੰ ਮੈਨੂੰ ਇਹ ਦਿੱਕਤ ਆ ਰਹੀ ਹੈ ਮੇਰਾ ਐਕਸੀਡੈਂਟ ਹੋਇਆ ਮੇਰੇ ਫੈਕਚਰ ਹੋਇਆ ਹੱਥ 'ਚ ਬੜੀ ਮੁਸ਼ਕਲ ਅਸੀਂ ਕ੍ਰਾਸ ਕਰਕੇ ਆਏ ਹਾਂ ਉੱਥੇ ਤੋਂ ਖਰੜ ਰੋਡ ਤੋਂ ਰਸ਼ ਤੇ ਉਹ ਕਹ ਰਹੇ ਇੱਕ ਬੈਠੇ ਆਂ ਅਸੀਂ ਆਜੋ ਅਸੀਂ ਆਏ ਆ ਤਾਂ ਉੱਥੇ ਡਾਕਟਰ ਨਹੀਂ ਹੈ ਕੋਈ ਵੀ ਮੈਂ ਗੱਲ ਕਰਕੇ ਗਿਆ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਕੇ ਗਿਆ ਦੋ ਡਾਕਟਰ ਬੈਠੇ ਸੀਗੇ ਪਹਿਲਾਂ ਐਤੋਂ ਘੰਟਾ ਪਹਿਲਾਂ ਹੁਣ ਕੋਈ ਡਾਕਟਰ ਨਹੀਂ ਉਹ ਤੇ ਤਾਲ ਲੱਗਿਆ ਆਏ ਅਸੀਂ ਹਾਲਾਂਕਿ ਡਾਕਟਰਾਂ ਦਾ ਟਾਈਮ ਆ 4 ਵਜੇ ਦਾ ਕਿ 4 ਵਜੇ ਛੁੱਟੀ ਹੁੰਦੀ ਆ ਉਹ ਪਹਿਲਾਂ ਹੀ ਤੇ ਸਵਾ 3 ਹੋਏ ਆ ਹਜੇ ਹੁਣੇ ਹੀ ਛੁੱਟੀ ਕਰਕੇ ਚਲੇ ਗਏ ਕੋਈ ਦੱਸਣ ਵਾਲਾ ਕੋਈ ਨਹੀਂ ਕਰ ਕੋਈ ਨਹੀਂ ਦੱਸਣ ਵਾਲਾ ਕੋਈ ਨਹੀਂ ਇੱਥੇ ਮੈਂ ਤਾਂ ਬਹੁਤ ਪਰੇਸ਼ਾਨ ਆ ਹੁਣ ਤੁਸੀਂ ਪੀਜੀਏ ਜਾਓਗੇ ਪੀਜੀਏ ਜਾਉਂਗੀ ਮੇਰੀ ਬੇਟੀ ਉੱਥੇ ਐਡਮਿਟ ਹੈ ਮੇਰਾ ਉਹ ਹੋਇਆ ਸੀਗਾ ਐਕਸੀਡੈਂਟ ਹੋਇਆ ਸੀ ਬੇਟੀ ਮੇਰੀ ਪੀਜੀਏ ਹਸਪੀਟਲ ਐਡਮਿਟ ਹੈ ਔਰ ਮੈਂ ਇੱਥੇ ਮੇਰੇ ਹੱਥ 'ਚ ਫ੍ਰੈਕਚਰ ਹੋਇਆ ਮੈਂ ਪੱਟੀ ਕਰਵਾਣਾ ਹੀ ਸੀ ਏ ਕੋਈ ਲਾਜ ਹੀ ਨਹੀਂ ਹੈ ਜੀ ਹਾਂਜੀ ਮੈਨੂੰ ਆਰਥੋ ਦੇ ਡਾਕਟਰ ਨੂੰ ਮੈਂ ਦਿਖਾਦੀ ਮੇਰੇ ਗੋਡਿਆਂ ਚ ਬਹੁਤ ਪ੍ਰੋਬਲਮ ਮੈਨੂੰ ਚੱਲਿਆ ਨਹੀਂ ਜਾਂਦਾ ਡਾਕਟਰ ਸਾਹਿਬ ਮੈਨੂੰ ਮਿਲੇ ਕਮਰੇ ਦੇ ਬਾਹਰ ਮੈਂ ਕਿਹਾ ਡੋਸਾ ਮੈਨੂੰ ਇੱਕ ਵਾਰ ਦੇਖ ਲਓ ਮੈਂ ਆਪਣੇ ਘਰ ਤੋਂ 2 ਕਿਲੋਮੀਟਰ ਤੁਰ ਕੇ 3 ਵੇਲਾ ਦਿੱਤਾ ਡੋਸਾ ਨੇ ਮੇਰੀ ਕਹਿੰਦੇ 5-6 ਵਜੇ ਆ ਜੀ ਸ਼ਾਮ ਨੂੰ ਜਦ ਮੈਂ ਅੰਦਰ ਪੁੱਛਿਆ 5-6 ਵਜੇ ਡਾਕਟਰ ਸਾਹਿਬ ਆਉਂਦੇ ਕਹਿੰਦੇ ਨਹੀਂ ਕੋਈ ਨਹੀਂ ਆਉਂਦਾ ਡਾਕਟਰ ਸਾਹਿਬ ਦਾ ਨਾਮ ਕੀ ਹੈ ਸੰਜੀਵ ਗਾੜੀ ਆ ਗਈ ਆਪਣੀ ਹਾਂਜੀ ਆਰਥੋ ਦੇ ਨੇ ਅਰਜੀਵ ਜਾਂ ਸੰਜੀਵ ਆ ਜੀ ਹਾਂ ਜੀ ਮੈਨੂੰ ਤੋੜੇ ਨਹੀਂ ਹੁੰਦਾ ਜੀ ਮੇਰੇ ਗੋਡਿਆਂ ਦੇ ਗੈਪ ਐ ਐਕਸਰੇ ਹੋਏ ਹੋਏ ਨੇ ਉਹੀ ਉਹ ਕੀਤੇ ਨਾਲੇ ਉਹਨਾਂ ਨੂੰ ਪਤਾ ਤੁਹਾਨੂੰ ਮਿਲਿਆ ਜੀ ਉਹਨਾਂ ਨੇ ਕਿਹਾ 6 ਵਜੇ ਵਾਪਸ ਆਏ ਹਾਂ ਜੀ ਹੁਣ ਜਾ ਤਾਂ ਮੈਂ 6 ਵਜੇ ਤੱਕ ਉੱਥੇ ਬੈਠਾ ਪਰ ਅੰਦਰ ਦੇ ਲੋਕ ਕਹਿੰਦੇ ਉਹ 6 ਵਜੇ ਕਦੇ ਆਈ ਨਹੀਂ ਸਕੋ ਕਿਉਂ ਆਣਗੇ ਠੀਕ ਹੈ ਤੁਹਾਨੂੰ ਅੱਛੇ ਉਸ ਤੋਂ ਬਾਅਦ ਤੁਹਾਨੂੰ ਕੁਝ ਨਹੀਂ ਪਤਾ ਗੱਲ ਕੀ ਮੈਨੂੰ ਕੁਝ ਨਹੀਂ ਕਿਹਨੂੰ ਮਿਲਿਆ ਜੀ ਕੋਈ ਗੱਲ ਕਰਨ ਲਈ ਤਿਆਰ ਨਹੀਂ ਹੈ ਤੁਸੀਂ ਦੇਖ ਕੇ ਆ ਸਕਦੇ ਹਾਂ ਤਾਂ ਚੈੱਕ ਕਰ ਲਓ ਸਾਰੇ ਪਾਸੇ ਲੋਕ ਤੁਸੀਂ ਜੇਕਰ پلیਸ ਸਾਡੇ ਨਾਲ ਚੱਲੋ ਹੁਣ ਐਸਐਮਓ ਮੈਡਮ ਨਾਲ ਅਸੀਂ ਗੱਲ ਕਰੀ ਹੈ ਉਹਨਾਂ ਕੋਲ ਜਾ ਕੇ ਅਸੀਂ ਮਸਲਾ ਕਰਦੇ ਹਾਂ ਚਲੋ ਸਾਰੇ ਕੋਈ ਪ੍ਰੋਬਲਮ ਬਾਅਦ ਠੀਕ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਐਸਐਮਓ ਮੈਮ ਦੇ ਨਾਲ ਗੱਲ ਕਰਨ ਦੀ ਕਿ ਇਹ ਲੋਕ ਜਿਹੜੇ ਨੇ ਕਿੰਨੀ ਪਰੇਸ਼ਾਨੀ ਦੇ ਵਿੱਚ ਉਹਨਾਂ ਨੂੰ ਇੱਥੋਂ ਗੁਜ਼ਰਨਾ ਪੈ ਰਿਹਾ ਹੈ ਇਸ ਬਾਰੇ ਕੀ ਕੀਤਾ ਜਾ ਰਿਹਾ ਹੈ ਡਾਕਟਰ ਜਦੋਂ ਮਰੀਜ਼ ਨੂੰ ਮਿਲਦੇ ਨੇ ਉਹਨਾਂ ਨੂੰ ਅਟੈਂਡ ਕਰਨ ਦੀ ਬਜਾਏ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ 2 ਘੰਟੇ ਬਾਅਦ ਵਾਪਸ ਆਇਓ ਫਿਰ ਤੁਹਾਨੂੰ ਚਾਹੀਦਾ ਹੈ ਛੋੜ ਕੇ ਖੜੀ ਹਾਂ ਡਾਕਟਰ ਸਾਨੂੰ ਬਹੁਤ ਪ੍ਰੋਬਲਮ ਹੈ ਮੈਂ ਤੁਰਕਾ ਹਿਕ ਮੈਂ 5 ਸਾਲ ਤੋਂ ਬੱਚੇ ਨੂੰ ਘਰ ਛੱਡਾਈ ਹੋਈ ਹੈ ਹੈਨਾ ਉਹ ਨਹੀਂ ਮੇਰੀ ਇੱਕ ਗੱਲ ਨਹੀਂ ਸੁਣੀ ਠੀਕ ਹੈ ਮੈਮ ਆਜੋ ਤੁਸੀਂ ਅਸੀਂ ਇਹ ਗੱਲ ਕਰਦੇ ਹਾਂ ਇਸ ਵੇਲੇ ਮੈਮ ਤੋਂ ਜਾਣ ਦੀ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਨੂੰ ਇਸ ਤਰੀਕੇ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਜਦੋਂ ਡਾਕਟਰ ਮੌਜੂਦ ਨੇ ਤਾਂ ਫਿਰ ਇਲਾਜ ਕਿਉਂ ਨਹੀਂ ਕੀਤਾ ਜਾ ਰਿਹਾ ਤੇ ਇਸ ਵੇਲੇ ਇੰਤਜ਼ਾਰ ਇੰਤਜ਼ਾਰ ਕਰਨਾ ਪੈ ਰਿਹਾ ਜੀ ਮਰੀਜ਼ ਨੂੰ ਦੇਖੋ ਬਜ਼ੁਰਗ ਲੇਡੀ ਨੇ 8 ਕਿਲੋਮੀਟਰ 2 ਕਿਲੋਮੀਟਰ ਤੁਰ ਕੇ ਆਏ ਨੇ ਹਸਪੀਟਲ ਦੇ ਵਿੱਚ ਇਲਾਜ ਕਰਵਾਉਣਾ ਚਾਹੁੰਦੇ ਸੀ ਡਾਕਟਰ ਸਾਹਿਬ ਮਿਲਦੇ ਨਹੀਂ ਡਾਕਟਰ ਸਾਹਿਬ ਅੱਗੋਂ ਕਹਿੰਦੇ ਨੇ ਕਿ 2 ਘੰਟੇ ਇੰਤਜ਼ਾਰ ਕਰੋ ਵਾਪਸ ਆ ਕੇ ਤੁਹਾਡਾ ਇਲਾਜ ਕਰਦੇ ਆ ਤੇ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਕਿਸ ਤਰੀਕੇ ਦੀ ਸੁਬਦਾ ਦਿੱਤੀ ਜਾ ਰਹੀ ਹੈ ਕਿ ਡਾਕਟਰ ਇੱਕ ਬਜ਼ੁਰਗ ਔਰਤ ਨੂੰ ਸਾਹਮਣੇ ਉਹ ਮੂੰਹ ਦੇ ਉੱਤੇ ਕਹਿ ਕੇ ਜੋ ਕਿ ਹੱਥ ਜੋੜ ਕੇ ਬੇਨਤੀ ਕਰ ਰਹੇ ਨੇ ਕਿ ਡਾਕਟਰ ਸਾਹਿਬ ਪਲੀਜ਼ ਮੈਨੂੰ ਦੱਸੋ ਮੈਨੂੰ ਪਰੇਸ਼ਾਨੀ ਹੈ ਮੈਨੂੰ ਦਿੱਕਤ ਹੈ ਉਹਨਾਂ ਦੇ ਗੋਡਿਆਂ ਦੇ ਵਿੱਚ ਦਿੱਕਤ ਹੈ ਕਹ ਰਹੇ ਨੇ ਕਿ ਘਰੇ ਇੱਕ ਛੋਟੇ ਬੱਚੇ ਨੂੰ ਛੱਡ ਕੇ ਆਏ ਹੋਏ ਨੇ ਪਰ ਡਾਕਟਰ ਅਟੈਂਡ ਕਰਨ ਦੀ ਬਜਾਏ ਉਹਨਾਂ ਨੂੰ 2 ਘੰਟੇ ਦਾ ਸਮਾਂ ਦੇ ਕੇ ਉਹਨਾਂ ਦੇ ਸਾਹਮਣੇੋਂ ਨਿਕਲ ਜਾਂਦੇ ਨੇ ਸਵਾਲ ਇਹੀ ਹੈ ਕਿ ਇਸ ਤਰੀਕੇ ਬਜ਼ੁਰਗਾਂ ਨੂੰ ਜੇ ਤੁਸੀਂ ਇਸ ਤਰੀਕੇ ਟਰੀਟ ਕਰ ਰਹੇ ਹੋ ਤਾਂ ਫਿਰ ਫੈਸਿਲਿਟੀ ਕਿਸ ਕਿਸ ਗੱਲ ਦੀ ਫੈਸਿਲਿਟੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ 3 ਵਜੇ ਤੱਕ ਡਾਕਟਰ ਆਲਮੋਸਟ ਜਿਹੜੇ ਨੇ ਬਾਕੀ ਥਾਵਾਂ ਦੇ ਵਿੱਚ ਉਹ ਨਿਕਲ ਚੁੱਕੇ ਨੇ ਤੇ ਜਿਹੜੇ ਮਰੀਜ਼ ਨੇ ਇੱਥੇ ਬੈਠੇ ਇੰਤਜ਼ਾਰ ਕਰ ਰਹੇ ਨੇ ਜਿਨ੍ਹਾਂ ਨੂੰ ਬਿਲਕੁਲ ਵੀ ਨਹੀਂ ਪਤਾ ਕਿ ਉਹਨਾਂ ਦਾ ਅੱਗੇ ਹੋਣਾ ਕੀ ਹੈ ਸਾਡੀ ਵੇਟ ਕਰ ਰਹੇ ਸੀ ਭਾਈ ਜੀ ਗੱਲ ਮੈਂ ਪਹਿਲਾਂ ਡਾਕਟਰ ਸਾਹਿਬ ਮਿਲ ਕੇ ਗਿਆ ਇੱਥੇ ਉਹ ਕਹਿੰਦੇ ਵੀ ਤੁਸੀਂ ਲੈ ਕੇ ਆਓ ਪੇਸ਼ੈਂਟ ਨੂੰ ਅਸੀਂ ਬੈਠੇ ਆ ਇੱਥੇ ਜਦ ਹੁਣ ਆਏ ਆ ਤੁਹਾਡੇ ਸਾਹਮਣੇ ਤਾਲੇ ਲੱਗੇ ਹੋਏ ਇੱਥੇ ਦੋ ਡਾਕਟਰ ਬੈਠੇ ਸੀ ਪਹਿਲਾਂ ਉਸ ਤੋਂ ਕੱਟ ਕਰਕੇ ਗਏ ਆ ਜੀ ਉਹ ਨਹੀਂ ਮਹਿਮੂਨਾ ਤੇ ਇੱਥੇ ਅੱਧੇ ਘੰਟੇ ਖੜੇ ਰਹੇ ਆ ਨਹੀਂ ਮੈਂ ਅਈ ਖੜ੍ਹੇ ਤਾਂ ਜਾਮ ਵੀ ਹਾਂ ਤੁਹਾਨੂੰ ਰਸਤੇ 'ਚੋਂ ਹਮ ਅਸੀਂ ਕੀ ਕਰ ਸਕਦੇ ਹਾਂ ਜਮ ਲੱਗਿਆ ਰਸਤੇ ਤਾਂ ਟਾਈਮ ਤਾਂ ਲੱਗੇ ਜਾਂਦਾ ਤੁਹਾਡੇ ਵਾਸਤੇ ਪੈਂਡਿੰਗ ਕਰਨ ਵਾਲਾ ਕੋਈ ਨਹੀਂ ਹੈ ਕੋਈ ਨਹੀਂ ਹੈ ਜੀ ਕੋਈ ਟੈਂਡ ਵਾਲਾ ਕਰਨ ਵਾਲਾ ਹੈ ਨਹੀਂ ਤੁਹਾਨੂੰ ਮਨਾ ਕੀਤਾ ਗਿਆ ਕਿ ਸਾਡੇ ਕੋਲ ਲੱਜ ਨਹੀਂ ਆਣਾ ਛੱਡੋ ਹੋਰ ਨਹੀਂ ਕਰਵਾਉਣਾ ਲਾ ਛੱਡੋ ਪਰੇ ਨਹੀਂ ਜੀ ਨਹੀਂ ਪੜਾਣਾ ਫਾਇਦਾ ਕੋਈ ਨਹੀਂ ਹੈ ਨਹੀਂ ਕੋਈ ਵਾਹ ਅਸੀਂ ਨਹੀਂ ਕਰਵਾਉਣਾ ਕੋਈ ਹੈ ਨਹੀਂ ਤਾਂ ਲਾਦ ਕਿਉਂ ਪੜਾਣਾ ਸੋ ਮਰੀਜ਼ ਪਰੇਸ਼ਾਨ ਹੈ ਜੀ ਮਰੀਜ਼ਾਂ ਦਾ ਸਵਾਲ ਹੀ ਖੜਾ ਕੀਤਾ ਉਹਨਾਂ ਨੇ ਕਿ ਅਟੈਂਡ ਕਰਨ ਵਾਲਾ ਕੋਈ ਨਹੀਂ ਹੈਗਾ ਜਿਸ ਕਰਕੇ ਹੁਣ ਮਜਬੂਰੀ 'ਚ ਉਹਨਾਂ ਨੂੰ ਵਾਪਸ ਮੋੜਨਾ ਪੈ ਰਿਹਾ ਏ ਖਰੜ ਤੋਂ ਇੱਥੇ ਪਹੁੰਚੇ ਸੀ ਉਹ ਲੰਮਾ ਸਫ਼ਰ ਤੈਅ ਕਰਕੇ ਇੰਤਜ਼ਾਰ ਨਹੀਂ ਕੀਤਾ ਗਿਆ ਤੇ ਮਜਬੂਰੀ ਦੇ ਵਿੱਚ ਉਹਨਾਂ ਨੂੰ ਵਾਪਸ ਜਾਣਾ ਪੈ ਰਿਹਾ ਏ ਤੇ ਉਹ ਕਾਰਨ ਹੈ ਕਿ ਕਿਤੇ ਬਾਹਰ ਜਾ ਕੇ ਇਲਾਜ ਕਰਾਵਾ ਕਿ ਕਿਸੇ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਵਾ ਕਿ ਇੱਥੇ ਕੋਈ ਪੁੱਛਣ ਵਾਲਾ ਨਹੀਂ ਹੈ ਤੇ ਮਹਾਲੀ ਦੇ ਸਿਵਲ ਹਸਪਤਾਲ ਦੀਆਂ ਤਸਵੀਰਾਂ ਸੀ ਤੁਹਾਨੂੰ ਵਿਖਾਈਆਂ ਨੇ ਜੀ ਕੁਝ ਮਰੀਜ਼ਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਐਸਐਮਓ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਕੁੱਲ ਮਿਲਾ ਕੇ ਤਸਵੀਰ ਜਿਹੜੀ ਨਜ਼ਰ ਆਉਂਦੀ ਹੈ ਉਹੀ ਆਉਂਦੀ ਹੈ ਕਿ ਲੋਕਾਂ ਦਾ ਜਿਹੜਾ ਹੈ ਕਿਤ ਪੰਜਾਬ ਦੇ ਵਿੱਚ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਜਿਹੜੇ ਖਾਸ ਤੌਰ ਤੇ ਪਿੰਡੂ ਇਲਾਕਿਆਂ ਦੇ ਲੋਕ ਨੇ ਉਹ ਪ੍ਰਾਈਵੇਟ ਸੈਕਟਰ ਦੇ ਵੱਲ ਜ਼ਿਆਦਾ ਧਿਆਨ ਦੇ ਰਹੇ ਨੇ ਪ੍ਰਾਈਵੇਟ ਇਲਾਜ ਕਰਵਾਉਣ ਦੇ ਵੱਲ ਜ਼ਿਆਦਾ ਧਿਆਨ ਦੇ ਰਹੇ ਨੇ ਕਿਉਂਕਿ ਉਹਨਾਂ ਨੂੰ ਜੋ ਸਰਕਾਰੀ ਸਿਸਟਮ ਹੈ ਉਹਦੇ ਤੋਂ ਉਹਨਾਂ ਦਾ ਭਰੋਸਾ ਜਿਹੜਾ ਹੈ ਉਹ ਹੌਲੀ ਹੌਲੀ ਖਤਮ ਹੋ ਰਿਹਾ ਹੈ ਤੇ ਉਸ ਭਰੋਸੇ ਨੂੰ ਕਾਇਮ ਕਰਨ ਦੇ ਲਈ ਜ਼ਰੂਰੀ ਇਹ ਹੈ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਪਏਗਾ ਮਰੀਜ਼ ਜਦੋਂ ਹਸਪਤਾਲ ਦੇ ਵਿੱਚ ਆਉਂਦਾ ਹੈ ਤਾਂ ਉਸ ਨੂੰ ਕਿਸ ਤਰੀਕੇ ਅਟੈਂਡ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਤੋਂ ਹੀ ਪੂਰੀ ਪ੍ਰਕਿਰਿਆ ਜਿਸ ਦੇ ਤਹਿਤ ਉਸ ਦਾ ਇਲਾਜ ਹੋਣਾ ਹੈ ਉਸ ਤੋਂ ਬਾਅਦ ਦਵਾਈ ਮਿਲਣੀ ਹੈ ਉਸ ਸਾਰੇ ਸਿਸਟਮ ਨੂੰ ਇੱਕ ਤਰੀਕੇ ਨਾਲ ਸਰਕਾਰ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਉਸ ਦੇ ਵਿੱਚ ਰਿਫਾਰਮ ਲਿਆਉਣ ਦੀ ਜ਼ਰੂਰਤ ਹੈ ਤਾਂ ਜੋ ਜਿਹੜਾ ਸੂਬੇ ਦਾ ਸਿਹਤ ਸਿਸਟਮ ਹੈ ਉਹ ਮੁਰ ਤੋਂ ਉਸ ਦੇ ਵਿੱਚ ਸੁਧਾਰ ਹੋ ਸਕੇ ਤੇ ਲੋਕਾਂ ਦਾ ਜਿਹੜਾ ਭਰੋਸਾ ਹੈ ਉਹ ਸਰਕਾਰੀ ਤੰਤਰ ਦੇ ਵਿੱਚ ਮੁਰ ਤੋਂ ਪੈਦਾ ਹੋ ਸਕੇ ਫਰ ਹਾਲ ਫਿਲਹਾਲ ਤਸਵੀਰ ਇਹੀ ਹੈ ਕਿ ਲੋਕ ਪੰਜਾਬ ਦੇ ਵਿੱਚ ਮਹਿੰਗਾ ਇਲਾਜ ਕਰਵਾ ਰਹੇ ਨੇ ਜ਼ਮੀਨਾਂ ਵੇਚ ਕੇ ਇਲਾਜ ਕਰਵਾ ਰਹੇ ਨੇ ਤੇ ਸਿਰ ਤੇ ਕਰਜ਼ੇ ਚੜਾ ਰਹੇ ਨੇ ਫਿਲਹਾਲ ਅੱਜ ਦੇ ਪੰਜਾਬ ਬੋਲਦਾ ਚੈਨਈ ਧੰਨਵਾਦ